ਜਿਹੜੀ ਦਾਰੂ ਲੀਡਰਾਂ ਹੁੰਦੀ ਹੈ ਨਾ ਬੇਸਿਕਲੀ ਇਹ ਇਹਦੇ ਵਿੱਚ ਇੱਕ ਕਟੂ ਹੈ ਗਰਭ ਕਟੂ ਹੈ ਇਹ ਸੋਜਿਸ਼ ਦੇ ਇਨਫਲੇਮੇਸ਼ਨ ਦੇ ਕੰਮ ਆਉਂਦੀ ਹੈ ਇਹ ਸਕਿਨ ਡਿਜ਼ੀਜ਼ ਦੇ ਵਿੱਚ ਸੋਰੋਸਿਸ ਜਿਹਨਾਂ ਨੂੰ ਹੋਵੇ ਹਨਾ ਸੋਰਾਇਸਿਸ ਜਿਹਨਾਂ ਨੂੰ ਹੋਵੇ ਤੇ ਉੱਥੇ ਵੀ ਕੰਮ ਆਉਂਦੀ ਹੈ ਤੇ ਇਹ ਐਕਨੇ ਜਿਹੜੇ ਕੁੜੀਆਂ ਨੂੰ ਹੀਲ ਮੋਇਸਚਰ ਨਿਕਲ ਆਉਂਦੇ ਨੇ ਤੇ ਐਂਟੀਬਾਇਓਟਿਕ ਐਕਟੀਵਿਟੀ ਵੀ ਹੈਗੀ ਹੈ ਤੇ ਅਸੀਂ ਇਹਨੂੰ ਲੀਵਰ ਵਿੱਚ ਮੈਂ ਦੇਖਿਆ ਕਿ ਲੀਵਰ ਵਿੱਚ ਵੀ ਫੈਟੀ ਲੀਵਰ ਦੇ ਵਿੱਚ ਵੀ ਇਹ ਕਾਫੀ ਕਾਰਗਰ ਹੈ ਕਾਫੀ ਕਾਰਗਰ ਹੈ ਜਿਹੜੇ ਫੈਟੀ ਲੀਵਰ ਗੇਟ 1-2 ਹੁੰਦੇ ਉਹ ਆਪਾਂ ਨਾਲ ਇਹਨੂੰ ਲਾ ਕੇ ਦੇ ਦਿੰਦੇ ਹਾਂ ਦਾਰੂ ਖਰੀਦਣਾ ਤੇ ਇੱਕ ਲੱਕੜ ਹੈ ਜਿਹੜੀ ਇੱਕ ਵੁੱਡ ਹੈਗੀ ਹੈ ਜਿਹੜੀ ਇੱਕ ਬਾਗ ਦਾ ਵੀ ਹਿੱਸਾ ਹੈਗੀ ਹੈ ਬਾਗ ਵੀ ਯੂਜ਼ ਹੁੰਦੀ ਹੈ ਲੇਕਿਨ ਬਾਗ ਦਾ ਅੰਦਰਲਾ ਹਿੱਸਾ ਵੀ ਯੂਜ਼ ਹੁੰਦਾ ਹੈ ਇਹਦਾ ਤੇ ਜਿਹੜਾ ਗੁੱਦਾ ਹੁੰਦਾ ਹੈ ਲੱਕੜ ਦਾ ਉਹਦੇ ਵਿੱਚ ਹੁੰਦੀ ਇਹ ਹਲਦੀ ਵਾਂਗੂ ਸਾਨੂੰ ਪ੍ਰਤੀਤ ਹੁੰਦਾ ਹੈ ਕਿ ਇਹ ਹਲਦੀ ਜ਼ਮੀਨ ਤੇ ਉੱਪਰ ਉੱਗੀ ਹੋਈ ਹੈ ਉਸ ਤਰੀਕੇ ਨਾਲ ਇਹਦਾ ਨਾਮ ਹੈ ਦਾਰੂ ਰਿਦਰਾ ਤੇ ਵੈਰੀ ਗੁੱਡ ਹੈਗੀ ਹੈ ਕਟੂ ਹੈਗੀ ਹੈ ਤੇ ਇਸ ਕੰਮ ਆਉਂਦੀ ਹੈ ਤੇ ਮੈਂ ਇਹਨੂੰ ਜੀਵਨ 'ਚ ਕਾਫੀ ਯੂਜ਼ ਕਰਦਾ ਹੈ ਤੇ ਅਸੀਂ ਲੋਕਾਂ ਨੂੰ ਰੋ ਦੇ ਦਿੱਤੀ ਆਪੇ ਕੁੱਟੋ ਇਹਨੂੰ ਪਿਸੋ ਵੇਖੋ ਮਾਮ ਦੱਸਦਾ ਪਿਆ ਸੀਗਾ ਪੇਸ਼ੈਂਟ ਆਇਆ ਸੀ ਦੋਨੋਂ ਦੀ ਟਾਈਮ ਸੀਗਾ ਨਹੀਂ ਤੇ ਕਹਿੰਦਾ ਮੇਰੇ ਕੋਲ ਇਹ ਲੱਕੜ ਬੜੀ ਮਜ਼ਬੂਤ ਹੈਗੀ ਹੈ ਮੈਂ ਕਹਿੰਦਾ ਮੇਰੇ ਕੋਲ ਮੋਟਾ ਵਾਲਾ ਸੀਗਾ ਪਲੇਅਰ ਕੋਟਰ ਤੋਂ ਮੰਗਾਇਆ ਸੀ ਮਾਮ ਦੱਸਦਾ ਤੇ ਮੈਂ ਯੂਜ਼ ਕੀਤਾ ਤੇ ਮੈਂ ਫੋਟੋ ਵੀਡੀਓ ਬਣਾ ਕੇ ਤੁਹਾਨੂੰ ਹੁਣ ਦੱਸ ਰਿਹਾ ਕਿ ਇਹ ਸਭ ਇਹਦੇ ਕੰਮ ਆਉਂਦੀਆਂ ਨੇ ਜੇ ਲੋਕਾਂ ਨੂੰ ਪ੍ਰੋਬਲਮ ਹੈਗੀ ਹੈ ਇਹਨੂੰ ਯੂਜ਼ ਕਰ ਸਕਦੇ ਇਹ ਹੈਲਪਫੁਲ ਹੋਏਗੀ ਠੀਕ ਹੈ ਸਰ ਲੋ ਜੀ ਇਹ ਹੈਗੀ ਹੈ ਦਾਰੂ ਹਰੀਦਰਾ ਤੇ ਬਿਲਕੁਲ ਨਾ ਹਲਦੀ ਵਾਂਗੂ ਹੁੰਦੀ ਹੈ ਇਹ ਦਾਰੂ ਹਰੀਦਰਾ ਮਤਲਬ ਇਹ ਹੈ ਕਿ ਜ਼ਮੀਨ ਦੇ ਉੱਪਰ ਹੁੰਦੀ ਹੈ ਤੇ ਰੰਗ ਇਹਦੀ ਹਲਦੀ ਵਾਂਗੂ ਹੁੰਦਾ ਤੇ ਇਹ ਕਿਸ ਕੰਮ ਆਉਂਦੀ ਹੈ ਇਹ ਕਿਸ ਕੰਮ ਆਉਂਦੀ ਹੈ ਕਿ ਆ ਕਰੋ ਭਈਆ ਕੱਟੋ 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 ਇਹ ਜਿਹੜਾ ਕੰਮ ਆਉਂਦੀ ਹੈ ਇਹਦੇ ਵਿੱਚ ਉਹ ਫੈਟੀ ਲੀਵਰ ਦੇ ਵਿੱਚ ਫੈਟੀ ਲੀਵਰ ਵਿੱਚ ਕੰਮ ਆਉਂਦੀ ਹੈ ਸਕਿਨ ਡਿਜ਼ੀਜ਼ ਵਿੱਚ ਕੰਮ ਆਉਂਦੀ ਹੈ ਇਹ 500 ਲੈ ਕੇ ਤੁਸੀਂ ਕਰ ਸਕਦੇ ਹੋ ਇਹ ਥੋੜ੍ਹਾ ਜਿਹਾ ਪੀਸ ਚੱਕ ਕੇ ਇਹਦਾ ਗਰਮ ਪਾਣੀ 'ਚ ਪਾ ਕੇ ਇਹਨੂੰ ਉਬਾਲ ਕੇ ਤੇ ਦੇਖ ਸਕਦੇ ਹੋ ਹਲਦੀ ਵਾਂਗੂ ਹੁੰਦੀ ਹੈ ਸੁੱਕ ਚੁੱਕੀ ਹੈ ਤੇ ਇਹ ਲੱਕੜ ਦਾ ਜਿਹੜਾ ਕੱਟੂ ਟੇਸਟ ਬਣਦਾ ਹੈ ਇਹਦਾ ਠੀਕ ਹੈ ਜੀ ਓਕੇ ਜੀ ਚੰਡੀਗੜ੍ਹ ਤੋਂ ਸਤਿ ਸ਼੍ਰੀ ਅਕਾਲ